ਐ ਯਾਰ ਇੱਥੋਂ ਚੇਂਜ ਕਰਾਓ ਇੱਥੇ ਜਿਹਦੇ ਨਾਲ ਸਾਡਾ ਪ੍ਰੋਗਰਾਮ ਹੋਣਾ ਨੇ ਇੱਥੇ ਕਾਜਲ ਦੀ ਤਸਵੀਰ ਹੋਣੀ ਚਾਹੀਦੀ ਹੈ ਕਾਜਲ ਦੀ ਕਿਤੇ ਸਿਨੇਮਾ ਪਾਉਣ ਡਿਆ ਉਹ ਹੈ ਇੱਧਰ ਅਜੇ ਦੀ ਲਾ ਦਵਾਂ ਇੱਥੇ ਰਾਈ ਸਾਹਿਬ ਦੀ ਤਸਵੀਰ ਵੱਡੀ ਕਰਕੇ ਲਾ ਹਾਂਜੀ ਰਾਈ ਸਾਹਿਬ ਦੀ ਇੱਥੇ ਮੁਸਤਫਾ ਕੁਰੈਸ਼ੀ ਦੀ ਲਾ ਦਵਾਂ ਇੱਥੇ ਜਦੋਂ ਵੀ ਰਾਤ ਲੜ ਪਏ ਸ਼ਾਮਾਂ ਖਰਾਬ ਹੁੰਦੀਆਂ ਚੁੱਕ ਕੇ ਉੱਥੇ ਰੱਖਣੀਆਂ ਥੱਲੇ ਫਰਸ਼ ਖਰਾਬ ਹੋ ਰਿਹਾ ਪੈਸੇ ਖੁੱਲੇ ਦੇਣੇ ਉਹਨੇ ਤੂੰ ਮੂੰਹ ਮੰਗਣੇ ਉਹਨੇ ਪੈਸੇ ਖੁੱਲੇ ਨਹੀਂ ਲੈਣੇ ਅਸੀਂ ਪੈਸੇ ਬੱਧੇ ਲੈਣੇ ਆ ਸਾਨੂੰ ਇਹਨਾਂ ਨੇ ਭਾਨ ਦੇ ਦੇਵੇ ਠੀਪੇ ਦੇ ਦੇਵੇ ਸਾਨੂੰ ਖੁੱਲੇ ਪੈਸੇ ਨਹੀਂ ਚਾਹੀਦੇ ਸਾਨੂੰ ਜੇ ਜਾਇਜ਼ ਕੈਸ਼ ਕਰਿਓ ਫਿਕਰ ਵੀ ਚੇਂਜ ਕਰਾਉਣ ਵਾਲੇ ਕਿਉਂ ਦੁਲਹਨ ਨੇ ਟੁੱਕਰ ਟੁੱਕਰ ਕਰਨਾ ਟੁੱਕਰ ਟੁੱਕਰ ਆਓ ਸਰ ਆ ਜਾਓ ਆ ਜਾਓ ਬਿਸਮਿਲ੍ਲਾ ਇਹ ਹਾਲ ਹੈ ਜੀ ਵਿਜ਼ਿਟ ਕਰੋ ਸਰ ਇਹ ਕੋ ਫੈਮਿਲੀ ਤਸਵੀਰ ਨਹੀਂ ਸਰ ਇਹ ਵੈਸੇ ਹੀ ਵਾਲਪੇਪਰ ਲਗਾਇਆ ਰਾਸ਼ਦ ਹਾਂਜੀ ਹਾਂ ਬਈ ਕਿਸ ਤਰ੍ਹਾਂ ਓਕੇ ਸਰ ਤਿਆਰੀ ਲਾਹੀ ਲੱਗ ਗਈ ਆ ਇਹ ਬੱਚਾ ਕੌਣ ਆ ਜੀ ਇਹ ਬੱਚਾ ਮੇਰਾ ਅੰਦਰ ਦਾ ਸੈਟਅਪ ਦਾ ਸਾਰੀ ਜਿਹੜੀ ਟੀਮ ਆ ਨਾ ਜੀ ਹਾਂਜੀ ਵੇਟਰਾਂ ਦੀ ਸ਼ੈਫਾਂ ਦੀ ਉਹਨਾਂ ਦਾ ਮੈਨੇਜਰ ਆ ਜੀ ਇਹ ਸਾਰਾ ਕੁਝ ਦੇਖਭਾਲ ਇਹ ਕਰਾਉਂਦਾ ਅੱਜ ਸਾਡੇ ਕੋਲ ਇੱਥੇ ਈਵੈਂਟ ਹੈਗਾ ਇੱਕ ਫੈਮਿਲੀ ਦਾ ਉਹਨਾਂ ਦਾ ਛੋਟਾ ਜਿਹਾ ਬਰਥਡੇ ਦਾ ਈਵੈਂਟ ਆ ਕੁਝ ਤਕਰੀਬਨ 200 ਬੰਦਿਆਂ ਦਾ ਰੇਂਜ ਸੀਗਾ ਸਾਰਾ ਕੁਝ ਓਕੇ ਆ ਰਾਸ਼ਦ ਹਾਂਜੀ ਸਰ ਜੀ ਓਕੇ ਓਕੇ ਹਰਸ਼ਦ ਓਕੇ ਹੋ ਗਈ ਸਰ ਅੱਛਾ ਜੀ ਨਾਲ ਦਾ ਹਾਲ ਲੇਡੀਸ ਵਾਲਾ ਵੀ ਓਕੇ ਕਰ ਦਿੱਤਾ ਵਾ ਵੀ ਓਕੇ ਆ ਜੀ ਬਿਹਤਰ ਇਹ ਚੁਕਾਓ ਉੱਥੋਂ ਟੱਪ ਚੁਕਾਓ ਦੇਖ ਲਓ ਭਾਜੀ ਇਹ ਪਾਰਟੀਸ਼ਨ ਵਾ ਲੇਡੀਜ਼ ਉਸ ਸਾਈਡ ਤੇ ਕਰ ਦਿਆਂਗੇ ਜੈਂਟਸ ਇਸ ਸਾਈਡ ਤੇ ਕਰ ਦਿਆਂਗੇ ਜਾਂ ਤੁਸੀਂ ਲੇਡੀਜ਼ ਇੱਧਰ ਕਰ ਦਿਓ ਤੁਸੀਂ ਜੀ ਲੇਡੀਜ਼ ਇੱਧਰ ਕਰ ਦਿਓ ਠੀਕ ਹੈ ਸਰ ਇੱਧਰ ਲੇਡੀਜ਼ ਕਰ ਦਿਆਂਗੇ ਉੱਧਰ ਜੈਂਟਸ ਕਰ ਦਿਆਂਗੇ ਤੁਸੀਂ ਵੈਸੇ ਲੇਡੀਜ਼ ਪੱਕੀ ਪੱਕੀ ਇੱਧਰ ਕਰ ਦਿਓ ਕੋਈ ਵੀ ਬੰਦਾ ਆਵੇ ਨਾ ਲੇਡੀਜ਼ ਇੱਧਰ ਹੀ ਹੋਣੀ ਚਾਹੀਦੀ ਨਹੀਂ ਲੇਡੀਜ਼ ਉੱਧਰ ਕਰ ਦਈਏ ਭਾਜੀ ਖੈਰ ਸੀਗੀ ਵੈਸੇ ਬਸ ਮੇਰਾ ਦਿਲ ਕਰ ਰਿਹਾ ਗਿਆ ਸਾਲ ਲੇਡੀਜ਼ ਨੂੰ ਦੇ ਦਿਓ ਪੱਕਾ ਪੱਕੇ ਜਾਂ ਹਿੱਸਾ ਲੇਡੀਜ਼ ਨੂੰ ਦੇ ਦਿਓ ਤੁਸੀਂ ਇਹ ਰਜਿਸਟਰੀ ਲੇਡੀਜ਼ ਦਾ ਨਾਮ ਹੀ ਕਰਾ ਦਵਾਂ ਫਿਰ ਪੱਕਾ ਪੱਕਾ ਲੇਡੀਜ਼ ਦੇ ਦਵਾਂ ਤੁਹਾਡੀ ਮਰਜ਼ੀ ਆ ਲੇਕਿਨ ਮੈਂ ਤਾਂ ਮਸ਼ਵਰਾ ਹੀ ਦੇ ਸਕਦਾ ਤੁਹਾਨੂੰ ਨਹੀਂ ਉੱਧਰ ਬੰਦੇ ਫਿਰਨ ਡਏ ਖੱਬੀ ਸਾਈਡ ਤੇ ਹਮੇਸ਼ਾ ਲੇਡੀਜ਼ ਹੁੰਦੀ ਆ ਖੱਬੀ ਟੋਡੀ ਕਰ ਠੰਡੇ ਤੋਂ ਕਦੇ ਦੇਖਿਆ ਨਹੀਂ ਤੁਸੀਂ ਨਾਮ ਸਿਰ ਸਾਹਿਬ ਕਰੋ ਮੱਖੀਆਂ ਤਿਲਕਾ ਨਹੀਂ ਆ ਤੋਂ ਹੈਲੋ ਉਹ ਬੱਚਾ ਬੱਚੇ ਵੀ ਤਾਂ ਮਨ ਲਾਉਂਦਾ ਨਹੀਂ ਨਹੀਂ ਬੱਚ ਉਹ ਬੱਚੇ ਨੇ ਸਹੀ ਗੱਲ ਕੀਤੀ ਹੈ ਨਾ ਬੇਟਾ ਦੇਖੋ ਸਹੀ ਹੁਣ ਤੁਸੀਂ ਐ ਬਿਲਕੁਲ ਹੀ ਰਾਸ਼ਦ ਕਰਵਾ ਸਾਰਾ ਕੁਝ ਆ ਭਾਜੀ ਦਾ ਪ੍ਰੋਗਰਾਮ ਆ ਅੱਛਾ ਹੁਣ ਦੱਸੋ ਕਰਨਾ ਕੀ ਹੈ ਭਾਜੀ ਭਾਜੀ ਆ ਆ ਗੋਣ ਉਹ ਭਾਜੀ ਉਂਗਲ ਨਹੀਂ ਕਰੀ ਦੀ ਕਿਉਂ ਵੈਸੇ ਹੀ ਐ ਯਾਰ ਇੱਥੋਂ ਚੇਂਜ ਕਰਾਓ ਇੱਥੇ ਜਿਹਦੇ ਨਾਲ ਸਾਡਾ ਪ੍ਰੋਗਰਾਮ ਹੋਣਾ ਨੇ ਇੱਥੇ ਕਾਜਲ ਦੀ ਤਸਵੀਰ ਹੋਣੀ ਚਾਹੀਦੀ ਹੈ ਕਾਜਲ ਦੀ ਕਿਤੇ ਸਿਨੇਮਾ ਪਾਉਣ ਡਿਆ ਉਹ ਹੈ ਇੱਧਰ ਅਜੇ ਦੀ ਲਾ ਦਵਾਂ ਯਾਰ ਗੈਰ ਮਰਦ ਹੈਗਾ ਵਾ ਅੱਛਾ ਨਹੀਂ ਲੱਗਦਾ ਇੱਦਾਂ ਉਹ ਗੈਰ ਮਰਦ ਨੂੰ ਰਹਿਣ ਤੇ ਤਸਵੀਰ ਆ ਵੀਰੇ ਨਹੀਂ ਨਹੀਂ ਗੱਲਾਂ ਕਰਦੇ ਭਾਈ ਬਾਅਦ ਚੋਂ ਸ਼ਰੀਕਾਂ ਗੱਲਾਂ ਕਰਦੇ ਤੁਸੀਂ ਕੋ ਆਪਣੀ ਤਸਵੀਰ ਦੇ ਦੇਣਾ ਉਹ ਲਾ ਦਿਆਂਗਾ ਕਾਜਲਾਂ ਗੱਲਾਂ ਨਹੀਂ ਕਰਦੇ ਸ਼ਰੀਕਾ ਕਿਉਂ ਭਾਜੀ ਹਾਂ ਸ਼ਰੀਕਾ ਕਾਜਲਾਂ ਗੱਲਾਂ ਨਹੀਂ ਕਰਦਾ ਮੈਂ ਕਿਸੇ ਕੋ ਘਰੋਂ ਤਸਵੀਰ ਦੇ ਦੇਣਾ ਉਹ ਲਾ ਦਿਆਂਗੇ ਇਹਨੂੰ ਮੇਰਾ ਪਤਾ ਨਹੀਂ ਹੈਗਾ ਹਨਾ ਮੈਨੂੰ ਵੀ ਤੁਹਾਡਾ ਪਤਾ ਲੱਗਣ ਡਿਆ ਤਸਵੀਰ ਵੱਡੀ ਕਰਕੇ ਲਾ ਰਾਈ ਸਾਹਿਬ ਦੀ ਇੱਥੇ ਮੁਸਤਫਾ ਕੁਰੈਸ਼ੀ ਦੀ ਲਾ ਦਵਾਂ ਇੱਥੇ ਜਦੋਂ ਰਾਤ ਲੜ ਪਏ ਸਾਡਾ ਤਾਂ ਹਾਲ ਗਿਆ ਤੈਨੂੰ ਪਤਾ ਰਾਈ ਸਾਹਿਬ ਗੰਡਾ ਸਾਹਿਬ ਕਿੰਨੀ ਤੇਜ਼ ਘੁਮਾਉਂਦੇ ਆ ਯਾਰ ਸਾਡੇ ਇੱਕ ਹੈਗੇ ਆ ਉਹਨਾਂ ਨੂੰ ਪਸੰਦ ਹੈਗੀ ਬਹੁਤ ਜ਼ਿਆਦਾ ਰਾਈ ਸਾਹਿਬ ਰਾਈ ਸਾਹਿਬ ਸਦਕੇ ਜਾਵਾਂ ਓਏ ਆਓ ਅੱਗੇ ਦੇਖ ਲਓ ਸੈੱਟ ਲੱਗਾ ਵਾ ਸਾਰਾ ਸਟੇਜ ਇਹ ਦੇਖੋ ਨਾ ਮੈਂ ਇੱਥੇ ਬੈਠਾ ਵਾਂ ਹੈ ਲੇਕਿਨ ਇਹ ਲੇਡੀਜ਼ ਵਾਲਾ ਪਾਸਾ ਵਾ ਵੈਸੇ ਮੈਂ ਮਿਸਾਲ ਦੇ ਤੌਰ 'ਤੇ ਮੈਂ ਇੱਧਰ ਬਹਿ ਰਿਹਾ ਬੁਰਖਾ ਲਿਆ ਦਵਾਂ ਬੁਰਖਾ ਨਹੀਂ ਨਹੀਂ ਮੈਂ ਕਿਹਾ ਲੇਡੀਜ਼ ਦੀ ਰਿਹਾਸਲ ਹੋ ਜਾਵੇ ਕਿ ਦੁਪੱਟਾ ਲੈ ਲਓ ਜਾਂ ਫਿਰ ਇੱਕ ਮਿੰਟ ਕਹਿ ਰਹਾ ਪੂਰਾ ਲੇਡੀਜ਼ ਬਣ ਕੇ ਕਰੋ ਨਾ ਇੱਕ ਮਿੰਟ ਭਾਜੀ ਚਮਚ ਆ ਗਿਆ ਇਹ ਲੇਡੀਜ਼ ਵਾਲੀ ਸਾਈਡ ਆ ਨਾ ਭਾਜੀ ਇੱਕ ਮਿੰਟ ਕਿਤੇ ਮਾਰਾ ਦੇ ਗਾਣਾ ਕਰਨ ਲੱਗੇ ਇੱਕ ਮਿੰਟ ਲਓ ਠੀਕ ਹੈ ਭਾਜੀ ਚਲੋ ਸ਼ੁਰੂ ਕਰੋ ਖਾਣਾ ਇੱਕ ਟੇਬਲ 'ਤੇ ਕਿੰਨੀਆਂ ਵਾ ਕੁਰਸੀਆਂ ਦਰਜਨ ਆ ਜੀ
ਪੰਜੇ ਭਾਅ ਜੀ 12 ਕੁਰਸੀਆਂ ਵਾ ਦਰਜਨ ਪੰਜਿਆਂ ਦਾ ਹਿਸਾਬ ਹੁੰਦਾ ਭਾਈ ਤੁਸੀਂ 8-8 ਲਾਉਣੀਆਂ ਵਾ ਯਾਨੀ ਕਿ 4-4 ਚੁਕਾ ਦੇਈਏ ਹਾਂ 4-4 ਚੁਕਾ ਦਿਓ ਹੁਣੇ ਬਲਕਿ ਚੁਕਾ ਕੇ ਦਿਖਾਓਗੇ ਦੁਨੀਆਂ ਬਲਕਿ ਤੁਸੀਂ ਘੰਟਾ ਲੇਟ ਚੱਲ ਜਾਣਾ ਚੁੱਕ ਹੀ ਜਾਣਾ 4-4 ਸਹੀ ਨੇ ਉਹ ਬੱਚਾ ਕਿੱਧਰ ਗਿਆ ਤੁਹਾਡਾ ਬੱਚਾ ਸ਼ੈਂਪੂ ਮੰਗਾਉਣਾ ਵੀ ਬੱਚਾ ਆ ਜਾਂਦਾ ਪਹਿਲੇ ਤੁਹਾਨੂੰ ਬਰਦਾਸ਼ਤ ਨਹੀਂ ਸੀ ਹੋਣ ਡਿਆ ਹੁਣ ਬੱਚਾ ਕਿੱਥੇ ਆ ਵੀ ਤੂੰ ਮੂੰਗਫਲੀ ਮੰਗਾਉਣੀ ਉਹਦਾ ਕੰਮ ਨਿਕਲਿਆ ਹੁਣ ਸਗੋਂ ਕੰਮ ਅੱਗੇ ਗੱਲਾਂ ਕਰੀ ਜਾ ਭਾਜੀ ਜਿੱਦਣ ਤੁਸੀਂ ਆਓਗੇ ਜਿੱਦਣ ਤੁਹਾਡਾ ਪ੍ਰੋਗਰਾਮ ਹੋਵੇਗਾ ਉਦੋਂ 4-4 ਕੁਰਸੀਆਂ ਚੁੱਕਣੀਆਂ ਕਿ ਹੁਣ ਚੁੱਕ ਕੇ ਸਾਈਡ ਤੇ ਰੱਖ ਦਵਾਂ ਭਾਜੀ ਮੈਨੂੰ ਇੱਕ ਸੈਂਪਲ ਲਾ ਕੇ ਦਿਖਾਓ ਨਾ ਪਤਾ ਲੱਗੇ ਕਿੱਦਾਂ ਡਿਸ਼ਾਂ ਆ ਰਹੀਆਂ ਵੇਟਰ ਆ ਰਹੇ 2-4 ਇਧਰੋਂ 2-4 ਇਧਰੋਂ ਭਾਜੀ ਇੱਥੋਂ ਇੱਕ ਕੁਰਸੀ ਚੁੱਕ ਦੇਣੀ ਹੈ ਕਿੱਥੋਂ ਚੁੱਕ ਦੇਣੀ ਹੈ ਕਿੱਥੋਂ ਇੱਥੋਂ ਸੈਂਪਲ ਮੈਂ ਤੈਨੂੰ ਕਾਹਦਾ ਲਾ ਦਵਾਂ ਕਿਤੇ ਕਿਆ ਵੀ ਸੈਂਪਲ ਲਵਾਉਣ ਡਿਆ ਮੇਰੇ ਕੋਲੋਂ ਦੱਸ ਯਾਰ ਮੈਂ ਵੀਡੀਓ ਬਣਾ ਕੇ ਸੈਂਡ ਕਰਨੀ ਹੈ ਯੂਕੇ ਭਾਈ ਨੂੰ ਉਹਨੇ ਗਿਆ ਰਾਸ਼ ਤੁਰੇ ਆ ਯਾਰ ਇਹ ਕੁਰਸੀ ਉਧਰੋਂ ਚੱਕ ਦੇ ਇੱਕ ਉਧਰੋਂ ਚੱਕ ਦੇ ਇੱਕ ਉਧਰੋਂ ਚੱਕ ਦੇ ਖੈਰ ਪਸੰਦ ਨਹੀਂ ਆਇਆ ਚੱਕ ਦੇ ਇਹ ਸਾਰੀਆਂ ਨਾ ਚੁਕਵਾ ਦੀ ਬੱਚਾ ਕੰਮ ਚੋਰ ਲੱਗਦਾ ਮੈਨੂੰ ਦੇਖ ਹਾਂਜੀ ਕੰਮ ਚੋਰ ਆ ਇਹ ਚੁੱਕ ਰੱਖਣੀ ਇੱਥੇ ਪੁੱਛ ਲਓ ਭਾਈ ਨੂੰ ਉਹ ਗੈਲਰੀ ਤੇ ਰੱਖਣੀ ਇੱਥੇ ਰੱਖਣੀ ਆ ਮੁੜ ਕੇ ਫੇਰ ਲਾ ਲਈ ਇੱਥੋਂ ਹੀ ਲਾਮਾ ਦੇ ਦੇਵੇ ਭਾਜੀ ਲੈ ਲੈਂਦੇ ਸਿੱਧਾ ਸੋਹਣਾ ਲੱਗਦਾ ਸਹੀ ਲੱਗਾ ਉਹਦੇ ਸਿੱਧਾ ਸੋਹਣਾ ਲੱਗਾ ਸੀ ਉੱਠੋ ਭਾਈ ਮੈਂ ਇਹ ਚੁੱਕ ਲਾਣਾ ਸਾਡਾ ਆਪਣਾ ਹਿਸਾਬ ਕਿਤਾਬ ਭਾਈ ਸਾਡੀ ਸੈਟਿੰਗ ਵਾਲੀ ਸੀ ਇਹ ਵੇਖੋ ਨਾ ਇਧਰੋਂ ਆਹ ਕੱਢੀ ਆ ਉਧਰੋਂ ਉਹ ਕੱਢੀ ਆ ਇਧਰੋਂ ਦਰਮਿਆਨ ਚੋਂ ਕੱਢਣੀ ਹੁਣ ਤੁਸੀਂ ਇੱਥੇ ਆ ਜਾਓ ਉਧਰੋਂ ਸੈਟ ਤੁਸੀਂ ਵੈਸੇ ਸੈਂਪਲ ਹੀ ਲਾਉਣਾ ਵਾ ਤੁਸੀਂ ਆਹ ਕੱਢ ਲਓ ਨਹੀਂ ਇਹਨੇ ਸਾਡੇ ਰੂਲ ਆ ਕੰਮ ਦੇ ਭਾਜੀ ਉਹ ਇੱਥੇ ਆ ਜਾਓ ਬਾਹਰੋਂ ਨਾ ਸੱਚਾ ਬਤਮੀਜ਼ ਦਾ ਤੁਹਾਡਾ ਯਕੀਨ ਕਰੋ ਇੱਥੇ ਆਓ ਯਾਰ ਕੁਰਸੀ ਇੱਕ ਬਸ ਸੈਂਪਲ ਇੱਥੇ ਆ ਜਾਓ ਨਾ ਹਾਂ ਬਸ ਠੀਕ ਹੈ ਨਾਲ ਬਈ ਬਈ ਅੱਛਾ ਹੁਣ ਦੱਸੋ ਭਾਜੀ ਫਿਰ ਇੱਧਰ ਬਣਾਉਣਾ ਸੀ ਨਾ ਮੈਨੂੰ ਇਹ ਦੇ ਦਿਓ ਕਿਤੇ ਇਹ ਨਾ ਬੈਠ ਜਾਣਾ ਇਹ ਨਾ ਗੈਪ ਕਰ ਲਿਓ ਬੜਾ ਮਹਿੰਗਾ ਰਮਾਲ ਆ ਅੱਛਾ ਇਹ ਹੋ ਗਿਆ 8-8 ਕੁਰਸੀਆਂ ਦਾ ਟੇਬਲ ਭਾਜੀ ਤੁਹਾਡਾ ਤੇ ਮੈਨਿਊ ਕੀ ਕੀ ਚਾਹੁੰਦੇ ਅੱਗੇ ਆਉਂਦਾ ਭਾਜੀ ਪਹਿਲੇ ਕੁਰਸੀਆਂ ਤੇ ਪੂਰੀਆਂ ਕਰ ਲਓ ਆ ਦੇਖੋ 2-4 ਉਧਰ 3 ਰੱਖੀਆਂ ਹੀ ਆ ਯਾਰ ਬੰਦਾ ਕੰਮ ਚੋ ਉੱਥੇ ਮੈਂ ਬਹਿਣਾ ਭਾਈ ਇੱਕ ਤੇ ਹੈ ਇੱਕ ਤੇ ਬਹਿਣਾ ਮਤਲਬ ਯਾਰ ਸਾਈਡ ਤੇ ਕਰਦੇ ਇੱਕ ਯਾਰ ਰਸ਼ ਦੇ ਇੱਕ ਸਾਈਡ ਤੇ ਕਰਦੇ ਭਾਈ ਯਾਰ ਇੱਕ ਵਾਰੀ ਜ਼ਰਾ ਜ਼ੇਨ ਚ ਸਕੈਚ ਜਿਹਾ ਬਣ ਜਾਏਗਾ ਤਾਂ ਬਣਾ ਸਕਾ ਚ ਭਾਈ ਹਾਂਜੀ ਇਹ 2-4-6-8 ਦਾ ਟੇਬਲ ਹੋ ਗਿਆ ਭਾਜੀ ਦੇਖੋ ਨਾ ਇੱਕ ਇੱਕ ਨੀਲੀ ਨਾਲ ਰੱਖ ਕੇ ਦੇਖੋ ਭਾਈ ਮੇਰੀ ਗੱਲ ਸੁਣ ਤੁਸੀਂ ਨਾ ਉੱਠ ਕੇ ਖਲੋ ਕੇ ਵੇਖੋ ਤੁਹਾਨੂੰ ਪੂਰਾ ਸਕੈਚ ਨਜ਼ਰ ਆਏਗਾ ਇਦਾਂ ਤੁਹਾਨੂੰ ਬਹਿ ਕੇ ਸਮਝ ਨਹੀਂ ਆਉਣੀ ਇੱਥੇ ਆਓ ਇੱਥੇ ਆਓ ਖਲੋ ਇੱਥੇ ਆ ਜਾਓ ਜ਼ਰਾ ਇਹ ਵੇਖੋ ਹੁਣ ਦੇਖੋ ਇੱਥੋਂ ਵੇਖੋ ਇਹ ਹਲੋ ਇਹ ਹੁਣ ਚੈੱਕ ਕਰੋ ਇੱਕ ਇੱਕ ਛੋਟੀ ਨਹੀਂ ਹੈਗੀ ਨਾਲ ਬੱਚਿਆਂ ਵਾਲੀ ਹੁੰਦੀ ਜਿਹੜੀ ਚੇਅਰ ਛੋਟੀ ਭਾਜੀ ਹੈ ਮੈਰਿਜ ਵਾਲਾ ਸਕੂਲੇ ਵਾਲਾ ਨਰਸਰੀ ਕਲਾਸ 'ਚ ਖੋਤੇ ਹਾਂ ਆਪਾਂ ਵੀ ਇੱਕ ਟੇਬਲ ਵੱਡਾ ਇੱਕ ਛੋਟਾ ਇੱਕ ਇੱਕ ਨੀਲੀ ਨਾਲ ਰੱਖ ਕੇ ਦਿਖਾਓਗੇ ਬੱਚਿਆਂ ਨੂੰ ਵੱਡੀ ਤੇ ਭਾਜੀ ਮੈਂ ਕਹਿ ਰਿਹਾ ਇੱਕ ਇੱਕ ਨੀਲੀ ਨਾਲ ਹੋ ਜਾਏਗੀ ਜ਼ਰਾ ਲੁੱਕ ਜੀ ਬਣ ਜਾਏਗੀ ਬਾਹਰ ਭੇਜਣੀ ਹੈ ਵੀਡੀਓ ਬਣਾ ਕੇ ਮੈਂ ਰੱਖਣਾ ਭਾਜੀ ਯਾਰ ਨੀਲੀ ਇੱਕ ਇੱਕ ਰੱਖ ਦੇ ਯਾਰ ਦਿਮਾਗ ਖਰਾਬ ਦਿਮਾਗ ਖਰਾਬ ਨਾ ਕਰ ਮੇਰਾ ਤੂੰ ਯਾਰ ਤੇਰੀ ਮਿਹਰਬਾਨੀ ਨਹੀਂ ਸਾਰਿਆਂ ਨਾਲ ਰੱਖਣਾ ਪੂਰਾ ਸਕੈਚ ਜਿਹਾ ਬਣ ਜਾਏਗਾ ਤੇਰਾ ਭਾਈ ਸਾਡਾ ਹਾਲ ਬਦਲੰਗਾ ਜਾ ਨਾ ਕਰੋ ਤੁਹਾਡੀ ਮਿਹਰਬਾਨੀ ਆ ਉਹ ਭਰਾਵਾ ਕੈਸਾ ਕੈਲੰਡਰ ਦਾ ਹਾਲ ਕਰ ਦੇਣਾ ਤੂੰ ਯਾਰ ਇੱਕ ਇੱਕ ਯਾਰ ਰੱਖ ਕੇ ਮੈਂ ਆਪ ਰੱਖ ਲਾਂ ਉਹ ਨਹੀਂ ਭਾਜੀ ਜਰ ਰੱਖ ਦੇ ਯਾਰ ਹੈ ਰੱਖਣਾ ਭਾਜੀ ਤੈਨੂੰ ਕਾਹਦੀ ਤਨਖਾਹ ਦੇਣਾ ਯਾਰ ਤੂੰ ਉਹ ਭਾਜੀ ਕਰਦਾ ਵਾ ਕਸਟਮਰ ਦਾ ਫੇਰ ਵੀ ਸਾਡੇ ਲਈ ਤੁਸੀਂ ਰਹਿਮਤ ਹੋ ਅਲੇ ਫੜਾ ਮੈਨੂੰ ਫੜਾ ਯਾਰ ਮੈਂ ਰਖਾ ਦਵਾਂ ਨਾ ਐ ਵੇਖੋ ਇੱਥੋਂ ਦੇਖੋ ਜਰਾ ਹੁਣ ਟੇਬਲ ਤੁਹਾਡਾ ਨਾ ਖੂਬਸੂਰਤ ਲੱਗ ਰਿਹਾ ਇਹ ਲੇਡੀਜ਼ ਵਾਲੀ ਸਾਈਡ ਤੇ ਆ ਚਾਰ ਆਪੀਆਂ ਇੱਧਰ ਬੈਠਣੀਆਂ ਚਾਰ ਆਪੀਆਂ ਇੱਧਰ ਚਾਰ ਆਪੀਆਂ ਇੱਧਰ ਚਾਰ ਉੱਧਰ ਅਗਰ ਤੁਹਾਨੂੰ ਕੁਰਸੀਆਂ ਦੇ ਤਿੰਨ ਲਾਈਆਂ ਚਾਰ ਆਪੀਆਂ ਕਿਦਾਂ ਬੇਟਾ ਬਿਠਾ ਦੇ ਲਗਾ ਦੇ ਯਾਰ ਬੇਟਾ ਲਗਾ ਦੇ ਰਸ਼ਦ
ਕੀ ਹੋ ਗਿਆ ਸਰ? ਠੀਕ ਹੈ ਜੀ। ਉਹ ਯਾਰ ਉੱਧਰ ਵੀ ਲਗਾ ਦੇ ਯਾਰ, ਲੱਗ ਜਾਂਦੀ ਸਰ, ਲੱਗ ਜਾਂਦੀ, ਸੋਰੀ। ਪਾਣੀ ਪੀਓਗੇ? ਪਾਣੀ ਸਾਦਾ ਮੰਗਵਾ ਦਿਓ ਬਸ। ਅੱਛਾ ਜੀ, ਪਾਣੀ ਸਾਦਾ ਆਉਂਦਾ ਜੀ। ਇਹ ਹੁਣ ਇੱਕ ਵਾਰੀ ਜਰਾ ਤੁਸੀਂ ਘੁੰਮ ਕੇ ਦੇਖਣਾ, ਇੱਧਰ ਆ ਜਾਓ, ਇੱਧਰ ਆ ਜਾਓ। ਹੈਲੋ ਜੀ, ਇਹ ਦੇਖੋ ਤਿੰਨ ਤੁਹਾਡੀਆਂ ਇਹ ਹੋ ਗਈਆਂ, ਤਿੰਨ ਇਹ ਹੋ ਗਈਆਂ, ਤਿੰਨ ਇਹ ਖੂਬਸੂਰਤ ਜਿਹੜਾ ਕੰਬੀਨੇਸ਼ਨ ਆ ਸਾਈਡ ਕਰ ਦਿੱਤੀ ਬਿਲਕੁਲ। ਵੀਡੀਓ ਬਣਾ ਕੇ ਥੋੜ੍ਹੀ ਜਿਹੀ ਦੇਖ ਲਾ ਜਰਾ। ਦੇਖ ਲਓ, ਦੇਖ ਲਓ। ਪਾਣੀ ਲੈ ਕੇ ਸਾਦਾ ਰਾਸ਼ਨ ਪਾਣੀ ਭਾਈ ਵਾਸਤੇ। ਟੇਬਲ ਥੋੜ੍ਹਾ ਜਿਹਾ ਨੀਵਾ ਨਹੀਂ ਹੋ ਸਕਦਾ? ਵੀਡੀਓ ਨਹੀਂ ਅੱਛੀ ਆ ਰਹੀ। ਹਾਂਜੀ, ਉਹ ਭਰਾਵਾ ਖਾਣੇ ਦਾ ਟੇਬਲ ਆਇਆ, ਕਿਹੜਾ ਬਰਫਲਾ ਫਟਾ ਵਾ, ਵੀ ਨੀਵਾਂ ਕਰ ਦਮਾ ਜੀ। ਇੱਕ ਤਾਂ ਜੁਗਤਾਂ ਫੈਸਲਾ ਬਾਅਦ 'ਚ ਬਹੁਤ ਹੋਣ ਲੱਗ ਪਈਆਂ, ਕੰਮ ਥੋੜ੍ਹਾ ਜੁਗਤਾਂ ਬਹੁਤੀਆਂ। ਤੁਸੀਂ ਸ਼ਾਦੀ ਹਾਲ ਸ਼ੇਖੂਪੁਰੇ ਬੁੱਕ ਕਰਾ ਲਓ ਫਿਰ। ਕੀ ਭਾਅ ਜੀ ਪਸੰਦ ਆਈ? ਓਕੇ, ਗੱਲ ਕਰ ਦਈਏ। ਹਾਂਜੀ, ਰਿਪਲਾਈ ਹੈ ਵਾ ਬਾਹਰੋਂ, ਕਹਿੰਦੇ ਐਡੀ ਹਰੀ ਹੈ ਨਾ ਕਲਰ ਵਾਲੀ, ਸੈਂਟਰ 'ਚ ਕਰਕੇ ਦੇਖੋ ਕੀ ਬਣਦਾ। ਨਹੀਂ ਆਰਡਰ ਦੇਣਾ ਨਹੀਂ ਦੇਣਾ, ਇਹਨੂੰ ਪੁੱਛ ਲਓ ਅਤੇ ਕਨਫਰਮ ਕਰ ਲਓ। ਭਾਅ ਜੀ, ਤੁਸੀਂ ਵਾਕਈ ਵਿਆਹ ਦਾ ਆਰਡਰ ਲੈ ਕੇ ਆਏ ਕਿ ਸਾਡੀ ਸੈਟਿੰਗ ਕਰਾ ਕੇ ਚੱਲ ਜਾਣਾ ਵਾ? ਨਹੀਂ ਕਰ ਦੋਗੇ ਤਾਂ ਕਿਹੜੀ ਗੱਲ ਆ ਯਾਰ, ਇੱਥੇ ਕਿਹੜੇ ਮੈਂ ਕਰ ਲਾ, ਮੈਂ ਕਰ ਦਾਂ। ਹੈਂ, ਬਲੈਕਮੇਲ ਕਰਨ ਵਾਲਾ ਆ ਗਿਆ ਤੁਹਾਡਾ ਕਰਕੇ। ਮੈਂ ਕੰਮ ਹੱਥ ਨਹੀਂ ਲਗਾਉਂਦਾ, ਬੱਚੇ ਹੀ ਕਰਦੇ ਆ, ਮੈਂ ਤੁਹਾਡਾ ਕਰਕੇ ਖੁਦ ਕਰ ਰਿਹਾ। ਨਹੀਂ ਨਹੀਂ, ਕੰਮ ਕਰਨਾ ਚਾਹੀਦਾ ਕੰਮ। ਨਹੀਂ ਨਹੀਂ, ਕੰਮ ਅਸੀਂ ਭਾਈ ਆ ਨਹੀਂ ਹੁਣ ਇਹਦੇ ਵਿੱਚ ਪਹਿਲਾਂ ਆ ਜਾਂਦਾ ਹਲੇ। ਚਲੋ ਕਰ ਦਿਓ ਇਹਨੂੰ, ਉੱਧਰ ਨੂੰ ਖਿੱਚ ਲਓ ਮਾੜੀ ਜੀ ਫਿਰ ਸੈਟਿੰਗ। ਲਓ ਭਾਅ ਜੀ ਦੇਖੋ ਜ਼ਰਾ, ਐਂ ਹੁਣ ਕੈਸਾ ਲੱਗ ਰਿਹਾ ਹੁਣ ਵੀਡੀਓ ਭੇਜੋ ਭਾਅ ਜੀ ਨੂੰ। ਮੈਨੂੰ ਯਕੀਨ ਆ ਕਿ ਇਨਸ਼ਾਅੱਲਾ ਉਹ ਮੰਨ ਜਾਣਗੇ। ਜੇ ਹੁਣ ਉਹਨਾਂ ਨਾ ਮੰਨੇ ਤੇ ਤੁਹਾਡੇ ਆਰਡਰ ਤਾਂ ਅਸੀਂ ਨਹੀਂ ਮੰਨਣਾ ਯਾਰ, ਇਦਾਂ ਨਹੀਂ ਹੋਵੇਗਾ, ਵਿੱਚ ਵੀਡੀਓ ਜਾਣੀ ਹੈ ਬਾਅਦ 'ਚ ਬਣਾ ਲਿਓ, ਕੱਟ ਲਓ ਅਗਲੀ। ਚੱਲ ਚੱਲ ਬੇਟਾ ਚੁੱਪ ਕਰ ਜਾ, ਕੋਈ ਨਹੀਂ ਚਲੋ। ਸਰ ਜੀ ਪਸੀਨੋ ਪਸੀਨ ਹੋ ਗਏ। ਚੱਲ ਇੱਧਰ ਆ ਜਾਣਾ ਤੂੰ, ਭਾਅ ਜੀ ਨੂੰ ਵੀਡੀਓ ਬਣਾ ਲੈਂਦੇ। ਇਹ ਓਕੇ ਆ ਭਾਅ ਜੀ? ਹੈ ਅੱਲਾ ਖੈਰ ਕੀਤੀ। ਇਹ ਗ੍ਰੀਨ ਕੁਰਸੀ ਜਿਹੜੀ ਹੈ ਨਾ, ਇਹ ਸਮਝ ਲਓ ਅਸੀਂ ਫਰੰਟ ਤੋੜ ਕੇ ਦਿੱਤਾ। ਇਹ ਮੇਨ ਗੈਸਟ ਜਿਹੜੇ ਹੁੰਦੇ ਲੜਕੀ ਵਾਲਿਆਂ ਵੱਲੋਂ ਜਾਂ ਲੜਕੇ ਵਾਲਿਆਂ ਵੱਲੋਂ, ਉਹਨਾਂ ਵਾਸਤੇ ਹੁੰਦਾ ਵਾ। ਅਗਰ ਕਹਿ ਦਿਓ ਮੈਂ ਵਿੱਚ ਥੋੜ੍ਹਾ ਬਰੀਫਿੰਗ ਕਰ ਦਿੰਦਾ ਭਾਅ ਜੀ ਨੂੰ। ਇਹ ਓਕੇ ਆ, ਡਨ ਵਾ, ਮੈਨੂੰ ਪਤਾ ਭਾਅ ਜੀ ਨੇ ਮੰਨ ਜਾਣਾ ਵਾ। ਅਗਰ ਭਾਅ ਜੀ ਯੂਕੇ ਰਹਿੰਦੇ ਨੇ ਨਾ, ਸਾਰੀ ਸੈਟਿੰਗ ਜਿਹੜੀ ਤੁਸੀਂ ਦਰਮਿਆਨ 'ਚ ਕੀਤੀ ਨਾ ਗ੍ਰੀਨ, ਉਹ ਅੱਛੇ ਦਿਮਾਗ ਦੇ ਮਾਲਕ ਆ, ਇਹ ਸਾਰੀ ਯੂਕੇ ਵਾਲੀ ਸੈਟਿੰਗ ਹੋ ਗਈ ਹੁਣ। ਇਹ ਓਕੇ ਆ, ਡਨ ਜੀ, ਤੁਹਾਨੂੰ ਪਤਾ ਉਹਨਾਂ ਨੇ ਪੈਸੇ ਖਰਚਣੇ, ਉਹਨਾਂ ਦੀ ਚੱਲਣੀ ਆ ਸਾਡੀ ਇੱਥੇ। ਨਹੀਂ ਓਕੇ ਆ, ਮੈਨੂੰ ਪਤਾ ਵਾ ਨਾ, ਪੜ੍ਹੇ ਲਿਖੇ ਬੰਦੇ ਯੂਕੇ ਦੇ ਹਿਸਾਬ ਨਾਲ, ਅਸੀਂ ਵੀ ਯੂਕੇ ਰਹੇ ਤੁਹਾਨੂੰ ਪਤਾ ਵਾ। ਅਤੇ ਠੀਕ ਹੈ ਭਾਅ ਜੀ, ਫਿਰ ਡਨ ਕਰੀਏ। ਕਿੱਥੇ ਯੂਕੇ ਰਹੇ ਤੁਸੀਂ? 76 'ਚ ਰਹੇ ਭਾਅ ਜੀ। ਹੈਂ, ਯੂਕੇ 76 'ਚ? ਠੀਕ ਹੈ, ਡਨ ਕਰੋ। ਇਹ ਭਾਜੀ ਦਾ ਨਾਲਕ ਮੌਕਾ ਚੌਂਕਾ ਉੱਥੇ ਦੇ ਮੇਰੇ ਭਾਜੀ, ਆਓ ਸਟੇਜ ਖਾਈਏ ਤਾਂ ਫਾਈਨਲ ਹੋ ਗਿਆ ਅੱਲਾ ਖੈਰ। ਉਹ ਇੱਕ ਮਿੰਟ ਰਿਪਲਾਈ ਆ ਲੈਂਦੇ ਫੇਰ ਹੀ ਅੱਗੇ ਤੁਰਨਾ ਵਾ। ਉਹ ਹੋ ਗਿਆ, ਮੈਨੂੰ ਪਤਾ ਵਾ ਨਾ, ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ, ਸਾਨੂੰ ਪਤਾ। ਇਹ ਲਓ, ਇਹ ਸਟੇਜ ਹੈ ਜੀ, ਇਹ ਬੇਸਿਕਲੀ ਹੈਗਾ ਵਾ ਲੇਡੀਜ਼ ਦਾ ਸਟੇਜ। ਅਸੀਂ ਤੁਹਾਨੂੰ ਉਹ ਜਿਹੜਾ ਲੇਡੀਜ਼ ਦਾ ਇੱਧਰ ਕਰ ਦਿਆਂਗੇ, ਇਹ ਜਿਹੜਾ ਉੱਧਰ ਕਰ ਦਿਆਂਗੇ, ਸਹੀ ਨਹੀਂ? ਉੱਧਰ ਸਾਰਾ ਸੋਫਾ ਸੈੱਟ ਹੈਗਾ, ਇੱਧਰ ਸਾਰਾ ਕਾਫੀ ਸੈੱਟ ਹੈਗਾ ਵਾ। ਇਹ ਜਿਹੜਾ ਸੋਫਾ ਤੁਸੀਂ ਉੱਧਰ ਖਾ ਦਿਓ ਜੀ, ਠੀਕ ਹੈ, ਇਹ ਬੈਠਾ ਕਰ ਦੇਗਾ ਹੁਣੇ? ਹਾਂਜੀ, ਨਹੀਂ ਨਹੀਂ ਹੁਣ ਨਹੀਂ, ਇਹ ਥੋੜ੍ਹਾ ਟਾਈਮ ਲੱਗਣਾ, ਮੈਂ ਭਾਰਾ ਕੰਮ ਮੈਂ ਨਾਲ ਲੱਗਾਂਗਾ। ਜਾਂ ਫਿਰ ਲੱਗ ਜਾਓ, ਤੁਸੀਂ ਵੀ ਇੱਥੇ ਖੜੇ ਆ, ਕਿਹੜੇ ਕਿਤੇ ਚਲੇ ਗਏ ਤੁਸੀਂ? ਨਹੀਂ ਨਹੀਂ, ਮੈਂ ਹੁੰਦਾ ਨਾ ਗਾਈਡ ਵੀ ਕਰਨਾ ਹੁੰਦਾ ਕਸਟਮਰ ਨੂੰ।
ਤੇ ਓਕੇ ਕਿ ਡਨ ਹੋ ਗਿਆ ਭਾਜੀ ਵੱਲੋਂ? ਉਹ ਰਿਪਲਾਈ ਆਉਂਦਾ ਮੈਂ ਦੇਖਦਾ ਕੀ ਕਹਿੰਦੇ ਆ, ਜੋ ਉਹਨਾਂ ਨੇ ਕਹਿਣਾ ਉਹੀ ਹੋਣਾ ਭਾਈ। ਇਸ ਤੇ ਸਿਰਫ ਠੀਕ ਆ ਜਾਓ, ਤੁਹਾਨੂੰ ਮੈਂ ਜੈਂਟਸ ਵਾਲਾ ਪਾਸਾ ਵੀ ਦਿਖਾਉਣਾ। ਲੇਕਿਨ ਇਹ ਤਸਵੀਰਾਂ ਦੇਖੋ ਨਾ ਤੁਸੀਂ, ਕਿੱਡੀ ਮਾੜੀ ਗੱਲ ਹੈਗੀ ਆ ਜਿਹੜੀਆਂ ਤਸਵੀਰਾਂ ਤੁਸੀਂ ਲਾਈਆਂ ਹੋਈਆਂ ਘੋੜਿਆਂ ਦੀਆਂ। ਠੀਕ ਆ ਭਾਜੀ, ਹੁਣ ਜਿਹੜਾ ਤੁਹਾਡਾ ਮੈਰਿਜ ਹਾਲ ਚ ਘੋੜਿਆਂ ਦਾ, ਉਹ ਭਾਈਜਾਨ ਨੇ ਵੈਸੇ ਖੂਬਸੂਰਤੀ ਵਾਸਤੇ ਹੁੰਦੇ ਹੋਣਾ, ਤੁਸੀਂ ਕਹਿੰਦੇ ਸਲਤਾਰੇ ਸਲਤਾਰ ਸਾਹਿਬ ਦੀ ਲਾਤਮਾ, ਵੀ ਤੁਸੀਂ ਮੈਨੂੰ ਇਹ ਦੱਸੋ ਮੈਰਿਜ ਹਾਲ ਅੰਜਮਨ ਦਾ ਵਾ? ਅਜੇ ਦੀ ਲਾਓ ਇੱਥੇ ਤਸਵੀਰ, ਉਹ ਅਜੇ ਦੀ ਕਿੱਥੋਂ ਲਾਤਮਾ ਭਰਾਵਾ? ਅਜੇ ਦੀ ਫਿਰ ਵੇਸ਼ਪੂਰੀ ਵੀ ਲਾਤਮਾ, ਫਿਰ ਅਕਸ਼ੇ ਕੁਮਾਰ ਵੀ ਲਾਤਮਾ, ਇਹ ਹੀਰੋ ਇਹਨਾਂ ਦੀ ਲਾਣੀ ਚਾਹੀਦੀ ਆ ਭਾਜੀ। ਅਸੀਂ ਸ਼ਾਨ ਸਾਹਿਬ ਦੀ ਲਾਵਾਂਗੇ, ਇੱਧਰ ਆਓ। ਦਲਜੀਤ ਦੀ ਲਾ ਮੇਰੇ ਯਾਰ ਦੀ। ਜਲਜੀਤ ਤੁਹਾਡਾ ਯਾਰ ਆ? ਲੈ ਮੇਰਾ ਪੱਕਾ ਯਾਰ ਆ। ਮੈਂ 500 ਰੁਪਏ ਲੈਣਾ ਉਹਨਾਂ ਕੋਲ। ਹੈਂ? ਭਾਈ ਨੇ ਤਸਵੀਰਾਂ ਨਾਲ ਸੈਂਡ ਕੀਤੀਆਂ ਯੂਕੇ ਤੋਂ ਕਿਨੋ। ਇੱਧਰ ਆਓ ਤਾਂ ਦੂਸਰਾ ਦਿਖਾਵਾਂ ਹਾਲ। ਆ ਦੇਖ ਫੇਰ ਭਾਜੀ, ਇਹ ਜੋੜੇ ਨੇ ਇਹ ਜਿਹੜਾ ਯਾਰ ਆ, ਫੇਰ ਉਹੀ ਗੱਲ। ਉਹ ਭਾਈ ਉਹੀ ਗੱਲ ਨਹੀਂ, ਇਹ ਦੇਖੋ ਇੱਧਰ ਆ ਜਾਓ, ਇਹ ਦੇਖੋ ਕਿੱਡਾ ਪਿਆਰੀ, ਇਹ ਸਾਰੀ ਕਿੱਡੀ ਪਿਆਰੀ ਸੀਟਿੰਗ ਹੈ ਦੇਖੋ। ਇਹ ਨਾ ਸਟੇਜ ਜਿਹੜਾ ਹੈਗਾ ਵਾ, ਇਹ ਥੋੜ੍ਹਾ ਜਿਹਾ ਨੀਵਾਂ ਕਰਨਾ ਵਾ, ਦੁੱਲੇ ਵਾਲਾ ਦੁਲਣ ਵਾਲਾ ਥੋੜ੍ਹਾ ਜਿਹਾ ਉੱਪਰ ਕਰਨਾ ਵਾ। ਨਹੀਂ ਨਹੀਂ, ਇਹਨੂੰ ਨੀਵਾਂ ਕਰਨਾ ਵਾ, ਇਹਨੂੰ ਥੋੜ੍ਹਾ ਜਿਹਾ ਨੀਵਾਂ ਕਰ ਦਿਓ। ਹਾਂ, ਦੁੱਲੇ ਦਾ ਕੱਦ ਕਾਫੀ ਆ, ਦੁਲਹਨ ਦਾ ਨਾ ਦੁਲਹਨ ਦੀ ਹਾਈਟ ਛੋਟੀ, ਉਹਨੂੰ ਉੱਚਾ ਕਰ ਦਿਓ ਜ਼ਰਾ। ਲਾੜੇ ਦੇ ਲੱਤਾਂ ਵਧਾ ਦਿਓ ਮਾੜਾ, ਕੌਣ ਸਹੀ ਲਾੜੇ ਦੇ ਕਿਹੜਾ ਵੀ, ਲਾੜੇ ਦੇ ਕਿਹੜਾ ਸਿਰ 'ਚ ਡਰਾਉਣ ਵੱਜ ਜਾਣਾ। ਭਾਜੀ ਰਿਪਲਾਈ ਆ ਗਿਆ ਵਾ, ਚਲੋ ਹੱਲਾ ਖੈਰ ਕਿਤੇ ਓਕੇ, ਤੁਹਾਨੂੰ ਪਤਾ ਵਾ। ਇਹ ਦੇਖੋ ਭਾਜੀ, ਇਹ ਸਾਰਾ ਹਾਲ ਇੱਧਰੋਂ, ਇਹ ਜਿਸ ਤਰ੍ਹਾਂ ਮਰਜ਼ੀ ਤੁਸੀਂ ਇੱਥੇ ਨਾ 500-700 ਬੰਦਾ ਈਜ਼ੀਲੀ ਤੁਹਾਡਾ ਬੈਠ ਸਕਦਾ। ਇਹ ਤੁਸੀਂ ਭਾਵੇਂ ਲੇਡੀਜ਼ ਨੂੰ ਦੇ ਦਿਓ ਆ ਪਾਰਟੀਸ਼ਨ, ਇਹ ਜੈਂਟਸ ਨੂੰ ਪਾਰਟੀਸ਼ਨ ਦੇ ਦਿਓ ਜਿਹਨੂੰ ਤੁਹਾਡਾ ਦਿਲ ਕਰਦਾ। ਇਹ ਜਿਹੜਾ ਮੇਨ ਸੋਫੇ ਦਾ ਸੈੱਟ ਵਾ ਨਾ, ਸੋਫੇ ਦਾ ਟੇਬਲ ਵਾ, ਇਹ ਤੁਹਾਡੇ ਖਾਸ ਜਿਹੜੇ VIP ਗੈਸਟ ਹੋਣਗੇ। ਸਾਰੇ VIP ਗੈਸਟ ਆ ਭਾਈ, ਸਾਡਾ ਆਮ ਬੰਦਾ ਆਉਣਾ ਹੀ ਕੋਈ ਨਹੀਂ। ਮਸ਼ਾਅੱਲਾ, ਸਾਡੇ ਵਾਸਤੇ ਸਾਰੇ ਕਾਬਲ ਇੱਜ਼ਤ ਆ ਜੀ। ਹਾਂ ਉਸਤਾਦ ਜੀ, ਇੱਕ ਮਿੰਟ ਗੱਲ, ਬੱਚਾ ਕੌਣ ਆਉਣਾ ਯਾਰ ਫੇਰ? ਉਹ ਯਾਰ ਆਂਗਣਾ ਪਛਾਣ ਲਈ ਕੁਰਸੀਆਂ ਦਾ ਹੋਰ ਅੱਗੇ ਤੇ ਕੋਈ ਮੁੜ ਕੇ ਵੀ ਵਿੱਚ ਲਾਓ ਉਹਨਾਂ ਦੇ, ਇਹਨੂੰ ਉੱਧਰ ਲੈ ਆਓ ਮੈਂ ਕਹਿੰਦਾ। ਅੱਛਾ ਭਾਜੀ, ਕੀ ਹੋਇਆ ਸੀ, ਰਿਪਲਾਈ ਆਇਆ? ਰਿਪਲਾਈ ਆਇਆ ਵਾ, ਇੱਧਰ ਆਓ ਜ਼ਰਾ, ਆ ਜਾਓ ਭਾਜੀ। ਮੈਂ ਤੈਨੂੰ ਕਿਹਾ ਸੀ ਨਾ, ਉਹ UK ਦੇ ਬੰਦੇ ਦੀ ਮੈਨੂੰ ਪਸੰਦ ਪਤਾ ਵਾ, ਉਹਨਾਂ ਨੇ ਇਹੀ ਕੀਤਾ। ਓਕੇ, ਸੈਟਿੰਗ ਵਾਪਸ ਕਰਦਾ ਹੁਣ ਫਿਰ, ਉਹਨਾਂ ਨੇ ਤਸਵੀਰ ਭੇਜੀ ਆ ਮੈਨੂੰ। ਹਾਂ ਚਲੋ, ਇਹ ਫਾਈਨਲ ਹੋ ਗਿਆ ਇਹਨਾਂ ਦਾ, ਅਤੇ ਤਸਵੀਰ ਇਹ ਆ ਕਿ ਆ ਤਿੰਨ ਸੇਮ ਕਲਰ ਇੱਕ ਸਾਈਡ 'ਤੇ ਕਰੋ, ਕਹਿੰਦਾ ਇਸ ਤਰ੍ਹਾਂ ਲੜਾਈਆਂ ਲੱਗਣ ਦਿਆ ਵਾ। ਆ ਤਿੰਨ ਸੇਮ ਲਾਲ ਇੱਕ ਸਾਈਡ 'ਤੇ ਕਰ ਦਿਓ, ਨੀਲੇ ਇੱਕ ਸਾਈਡ 'ਤੇ ਕਰ ਦਿਓ ਤਿੰਨ। ਚਲੋ ਭਾਜੀ, ਕਿੱਦਾਂ ਦੇਖਣ ਨੇ, ਕੰਮ ਨਹੀਂ ਤੁਹਾਡਾ ਇਹ? ਉਹ ਲੋਕ ਬੜਾ ਭਾਜੀ, ਮੈਂ ਛੁੱਟੀ ਦਾ ਟਾਈਮ ਹੋ ਗਿਆ, ਤੁਸੀਂ ਡੀਲ ਕਰਨਾ। ਲੋਕ ਬੜਾ ਬੜਾ ਕੁਛ ਕਰਦੇ ਆ, ਆਰਡਰ ਓਕੇ ਕਰਨ ਵਾਸਤੇ ਜਲ ਹੀ ਅਗਲੇ ਸੋਫੇ ਪਾ ਦਿੰਦੇ ਆ। ਤੁਸੀਂ ਤਾਂ ਤੁਹਾਡੇ ਕੋਲ ਜੈਨੂਇਨ ਸਮਾਨ ਪਿਆ, ਉਹਨਾਂ ਨੂੰ ਸੈੱਟ ਕਰਨ ਨੇ। ਅਸੀਂ ਲੱਖਾਂ ਰੁਪਏ ਭਾਜੀ ਲਾਏ ਆ ਆਵਾਮ ਦੀ ਸਹੂਲਤ ਵਾਸਤੇ, ਆਵਾਮ ਸਾਨੂੰ ਤੰਗ ਕਰੇ ਇਸ ਵਾਸਤੇ ਨਹੀਂ ਲਾਏ। ਸ਼ਾਮਾਂ ਖਰਾਬ ਹੁੰਦੀਆਂ, ਚੁੱਕ ਉੱਥੇ ਰੱਖਣੀਆਂ, ਥੱਲੇ ਫਰਸ਼ ਖਰਾਬ ਹੋ ਰਿਹਾ। ਪੈਸੇ ਖੁੱਲੇ ਦੇਣੇ ਉਹਨੇ, ਤੂੰ ਮੂੰਹ ਮੰਗਣੇ ਉਹਨੇ, ਪੈਸੇ ਨਹੀਂ ਲੈਣੇ ਅਸੀਂ, ਪੈਸੇ ਵੱਧੇ ਲੈਣੇ ਆ ਸਾਨੂੰ, ਇਹਨਾਂ ਨੇ ਭਾਣ ਦੇ ਦੇਵੇ ਠੀਪੇ ਦੇ ਦੇਵੇ ਚੱਕਰ, ਸਾਨੂੰ ਖੁੱਲੇ ਪੈਸੇ ਨਹੀਂ ਚਾਹੀਦੇ ਸਾਨੂੰ, ਜੇ ਜਾਇਜ਼ ਕੈਸ਼ ਕਰਿਓ ਜਾਂ ਮੇਰਾ ਭਾਈ ਵੱਧੇ ਪੈਸੇ ਦੇਣੇ, ਖੁੱਲੇ ਰਹਿੰਦਾ ਹੀ ਖੁੱਲੇ ਤੋਂ ਮਰਾਦ ਇਹ ਆ ਕਿ ਜਿੰਨੇ ਤੁਸੀਂ ਕਹਿ ਦੇਣੇ ਯਾਰ, ਤੂੰ ਤੂੰ ਉਹਨੂੰ 212 ਹੈਡ ਕਹਿ ਦੇ, ਉਹਨੇ ਨਾਲ ਹੀ ਤੈਨੂੰ 200 ਦੇ ਹਿਸਾਬ ਨਾਲ ਪੈਸੇ ਸੈਂਡ ਕਰ ਦੇਣੇ। ਓਹੋ, 200 ਕਿੱਧਰ ਆ ਗਿਆ ਪਰ ਹੈਡ? ਕੁਰਸੀਆਂ ਰੰਗ ਬਰੰਗੀਆਂ ਤੈਨੂੰ ਪਸੰਦ ਨਹੀਂ ਆਉਂਦੀਆਂ ਤੇ ਹੈਡ 200? ਤੂੰ ਤਾਂ ਇੱਕ ਟੇਬਲ ਤਾਂ ਸਾਡੇ ਪਸੀਨੇ ਕਢਾਤੇ ਆ, ਤੂੰ ਤਾਂ ਇੱਕ ਟੇਬਲ ਤੇ ਦਿਲ ਕਰੇ 3 ਕਿਲੋ ਗੈਸ ਲੱਗ ਜਾਵੇ ਏਸੀ ਦੀ। ਮੇਰੀ ਗੱਲ ਸੁਣ, 1600 ਬੰਦੇ ਨੇ ਆਉਣਾ ਵਾ, ਠੀਕ ਆ? 1600 ਬੰਦੇ ਨੂੰ ਅਗਰ ਵਿੱਚੋਂ 100 ਬੰਦੇ ਨੂੰ ਵੀ ਪਸੰਦ ਆ ਗਿਆ ਨਾ ਤੁਹਾਡਾ, ਤੇ 100 ਆਰਡਰ ਤੁਹਾਡਾ ਪੱਕਾ ਹੋ ਗਿਆ। ਤੁਹਾਡਾ 1600 ਬੰਦਾ ਆਉਣਾ ਨਾ, ਵਿੱਚੋਂ 100 ਪਹਿਲੇ ਭੇਜ ਦਿਓ ਘੰਟਾ। ਕਿਉਂ? ਆ ਕੇ ਕੁਰਸੀਆਂ ਲਾ ਲਵੇ ਨਾ, ਆਪਣੇ ਹਿਸਾਬ ਸੈਟਿੰਗ ਕਰ ਲਵੇ। ਇੱਧਰ ਆ ਜਾ ਮੇਰਾ ਭਾਈ। ਇਹ ਤੁਹਾਡਾ ਕੰਮ ਆ, ਇਹ ਸਾਡਾ ਕੰਮ ਨਹੀਂ ਹੈਗਾ ਵੀ ਇੰਨਾ ਕਿਤੇ ਖਫਾ। ਮੈਂ ਆਪ ਕਰ ਲੈਣਾ ਪਾਸੇ ਆ, ਤੁਹਾਨੂੰ ਰਾਤ ਪਾ ਦੇਣੀ ਇੱਥੇ ਹੀ। ਨਾਲੇ ਆ ਗਲਾਸ ਵੀ ਚੇਂਜ ਕਰੋ, ਆ ਦੇਖੋ ਨਾ ਗਲਾਸ ਨਾਲ ਗਲਾਸ ਨਹੀਂ ਰਲਣ ਦਿਆ। ਉਹ ਇਹ 'ਚ ਕਿਤੇ ਸ਼ਰਾਬ ਪੀਤੀ ਆ ਵੀ ਚੇਂਜ ਕਰੋ। ਹਾਂ ਕਿੱਦਾਂ ਦਾ ਵਾ,
ਉਹ ਭਾਅ ਜੀ ਹਰ ਟੇਬਲ ਨੂੰ ਅਸੀਂ ਦੋ ਗਲਾਸ ਡਿਫਰੈਂਟ ਦਿੱਤੇ ਆ, ਵੇਖੋ ਇਹ ਦੋ ਡਿਫਰੈਂਟ, ਉਹ ਤਾਂ ਦੋ ਡਿਫਰੈਂਟ ਕਰ ਦਾਂਗੇ, ਗਲਾਸ ਚੇਂਜ ਹੋ ਜਾਣਗੇ, ਤੁਸੀਂ ਮਾਈਂਡ ਚੇਂਜ ਕਰੋ, ਵਾਈਨ ਗਲਾਸ ਹੋਣੇ ਚਾਹੀਦੇ ਆ, ਠੀਕ ਆ ਕੀ ਵਾਈਨ। ਇਹ ਹੋਟਲ ਯੂਕੇ ਨੀਗਾ, ਤੁਹਾਡਾ ਪੁਰਾਣਾ ਯੂਕੇ ਆ, ਇਹ ਫੈਸਲਾਬਾਦ ਆ, ਪੀਲੇ ਕਲਰ ਦੇ ਇਹਨਾਂ ਨਾਲੇ ਹੈ, ਪੀਲੇ ਕਲਰ ਦੇ ਆ, ਉਹ ਇੱਧਰ ਦੇਖ ਲਾ ਪੀਲੇ ਕਲਰ ਦੇ ਕੜੀ ਕੁਲਚੇ ਵੇਚਣੇ ਤੂੰ ਉੱਥੇ ਰੱਖ ਕੇ, ਫਿਰ ਪੀਲੇ ਕਲਰ ਦੇ ਆਏ, ਪੀਲੇ ਕਲਰ ਦੇ ਕੱਪੜੇ ਕਿਤੇ ਲੱਕੀ ਰਾਣੀ ਦੀ ਹੋਟਲ ਬੁੱਕ ਕਰਾਉਂਦੇ ਆ ਯਾਰ। ਦੱਸ ਯਾਰ ਭਾਅ ਜੀ ਇੱਧਰ ਆ ਜਾਓ, ਅਸੀਂ ਤੁਹਾਡੇ ਘਰੇ ਗਰਮੀ 'ਚ ਬੈਠੇ ਹਾਂ, ਆ ਜਾਓ ਉੱਧਰ ਆ ਜਾਓ, ਸੈਟਿੰਗ ਵਾਪਸ ਕਰਦਾ ਭਾਈ ਹੁਣ। ਉਹ ਯਾਰ ਬਟ ਯਾਰ ਇੱਕ ਲਾ ਕੇ ਦਿਖਾ ਦੇ, ਤਿੰਨ ਤਿੰਨ ਯਾਰ ਨਹੀਂ ਲਾ ਕੇ ਦਿਖਾਉਣਾ ਯਾਰ, ਇੰਨੇ ਆਏ ਤੂੰ ਆਪ ਲਾ ਭਾਈ, ਆਪ ਲਾ 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 ਚੱਲ ਲਾ, ਬੰਦਾ ਗੱਲ ਵੀ ਨਹੀਂ ਕਰ ਸਕਦਾ ਯਾਰ, ਗੱਲ ਵੀ ਨਹੀਂ ਕਰ ਸਕਦਾ ਤੂੰ, ਮਾੜੀ ਗੱਲ ਕਰਦਾ ਸਾਡੇ ਪੱਠੇ ਖਿੱਚੇ ਜਾਂਦੇ ਆ। ਆਇਆ ਤੂੰ ਦਰਿਆ 'ਚ, ਆਓ ਭਾਅ ਜੀ ਬਾਹਰ ਆ ਜਾਓ, ਮੈਂ ਬੌਸ ਨੂੰ ਦੱਸ ਦੇਣਾ ਤੁਹਾਡੇ ਨੂੰ, ਦੱਸ ਦੇ ਬੌਸ ਨੂੰ, ਮੈਂ ਹੀ ਬੌਸ ਵਾਂ, ਬੌਸ ਨੂੰ ਦੱਸ ਦੇਣਾ, ਤੂੰ ਤਾਂ ਇੱਕੋ ਟੇਬਲ 'ਤੇ ਸਾਡੀ ਸ਼ਾਮ ਪਵਾਤੀ ਹੈ। ਨਾ ਗੱਲ ਨਾ ਬਾਤ ਯਾਰ, ਬੰਦੇ 'ਚ ਕੋਈ ਗੱਲ ਹੁੰਦੀ ਯਾਰ, ਤੂੰ ਪਤਾ ਨਹੀਂ ਬੁੱਕ ਕਰਾਉਣਾ ਕਿ ਨਹੀਂ ਕਰਾਉਣਾ, ਆ ਪੜਦੇ ਪਿੱਛੇ ਕੀ ਹੈ, ਪੜਦੇ ਪਿੱਛੇ ਬੂਹਾ, ਪੜਦੇ ਪਿੱਛੇ ਕੀ ਗੱਲ, ਜਾਂਗਰ ਬੰਨੇ ਪੜਦੇ ਪਿੱਛੇ, ਪੜਦੇ ਪਿੱਛੇ ਸ਼ਾਇਦ ਜੋੜਾ ਲੁਕਾਇਆ ਸੀ, ਕੋਈ ਗੱਲ ਕਰਨ ਵਾਲੀ ਕਰੀ ਹੁੰਦੀ, ਦੇਖ ਸੁਰਖ ਨਾਲ ਸੁਰਖ ਦਾ ਕੰਬੀਨੇਸ਼ਨ ਕਿੱਡਾ ਸੋਹਣਾ ਲੱਗਣ ਡਿਆ, ਕਿੱਡਾ ਖੂਬਸੂਰਤ ਲੱਗਾ, ਹੈਰੀ ਪਾ ਲਿਆ, ਕਿਹਨੇ ਲਵਾਏ ਆ, ਹੈਂਜੀ ਕਿਹਨੇ ਲਵਾਏ ਆ, ਪਿੱਛੇ ਮੁੰਡਾ ਦੋਸਤ ਉਹਨੇ ਲਵਾਇਆ ਭਾਅ ਜੀ, ਸਾਨੂੰ ਨਹੀਂ ਪਤਾ ਸੀ ਹੈ ਨਹੀਂ ਸੀ ਇੱਥੇ ਕੋਈ ਲਾ ਗਿਆ ਭਾਈ ਤੁਹਾਨੂੰ, ਭਾਅ ਜੀ ਮੈਂ ਜਦੋਂ ਬੰਦਾ ਉਤਰਿਆ ਨਾ ਗੱਡੀ ਤੋਂ, ਮੈਂ ਉਦੋਂ ਕਿਹਾ ਸੀ ਕਰੈਕਟਰ ਬਹੁਤ ਮਾੜਾ ਆਪਾਂ ਨੂੰ ਬਹੁਤ ਤੰਗ ਕਰਨਾ, ਨਹੀਂ ਗਾਹਕ ਰੱਬ ਦੀ ਰਹਿਮਤ ਹੁੰਦੀ ਆ ਜੀ, ਇੰਝ ਹੁੰਦਾ ਵਾ ਜੀ, ਹੁਣ ਸਾਡਾ ਤਾਂ ਰਾਸ਼ੀ ਕੰਮ ਆ, ਸਾਡਾ ਫਰਜ਼ ਵਾ ਹਰ ਕਸਟਮਰ ਦੇ ਨਾਲ ਪਿਆਰ ਨਾਲ ਇਖਲਾਕ ਨਾਲ ਗੱਲ ਕਰਨੀ। ਭਾਅ ਜੀ ਤੁਸੀਂ ਦਫ਼ਤਰ ਹੁੰਦੇ? ਅੱਛਾ ਭਾਅ ਜੀ ਤੁਸੀਂ ਪ੍ਰੋਗਰਾਮ ਬੁੱਕ ਕਰੋ, ਲੇਕਿਨ ਮਿਹਰਬਾਨੀ ਕਰਕੇ ਕੁਰਸੀਆਂ ਤਿੰਨ ਤਿੰਨ ਨੀਲੀਆਂ ਤਿੰਨ ਤਿੰਨ ਲਾਲ ਲਵਾ ਦਿਓ ਸੈਣਾ 'ਤੇ, ਠੀਕ ਆ, ਅਤੇ ਯਾਰ ਇੱਕ ਵਾਰੀ ਅਸੀਂ ਕਰਨਾ ਵਾ ਜਿਹੜਾ ਮਾਰੀ ਸੈਟ ਕਰਾਂਗੇ, ਮੈਂ ਤੁਹਾਨੂੰ ਦੱਸਦਾ ਨਾ, ਉਹ ਭਾਈ ਦਾ ਫੋਨ ਆਇਆ ਕਿ ਇਦਾਂ ਬਸ ਓਕੇ ਕਰ, ਓਕੇ ਕਰ ਦਿਆਂਗੇ, ਹੋ ਜਾਏ, ਤੁਹਾਨੂੰ ਫੋਨ ਕਰਕੇ ਉਹਨੂੰ ਪੁੱਛ ਤੇਰਾ ਫੇਵਰਟ ਕਲਰ ਕਿਹੜਾ ਵਾ, ਅਸੀਂ ਉਹ ਕੁਰਸੀਆਂ ਮੰਗਵਾ ਤੁਹਾਡੇ ਫੰਕਸ਼ਨ ਵਾਸਤੇ, ਪੀਲੇ ਪਏ ਨਹੀਂ ਗੇ, ਉਹ ਪੱਲੇ ਛਾੜੇ ਤੁਹਾਡੇ ਕੋਲ, ਉਹ ਪੀਲੇ ਕਿਹੜੇ ਭਰਾਵਾ ਪਏ, ਕਿਤੇ ਸੂਰਜਮੁਖੀ ਦੇ ਫੁੱਲ ਬਣਨਾ ਤੁਸੀਂ, ਪੀਲੇ ਕਿਤੇ ਦੱਸ, ਨਹੀਂ ਵੀ ਪੀਲੇ ਦੱਸੀ ਜਾਣਾ ਸਾਰਿਆਂ, ਧਮਾਲ ਸੁਖੀ ਹੈ, ਇਹ ਧਮਾਲ ਪਾਉਣੀ ਸਾਰਿਆਂ ਨੇ, ਤੁਸੀਂ ਮੈਨੂੰ ਦੱਸ ਤੁਹਾਡਾ ਸੈਟਿੰਗ ਹੋ ਜਾਏਗੀ, ਹੁਣ ਅੱਗੇ ਦਾ ਕੀ ਸਿਸਟਮ ਹੈ, ਮੈਨਿਊ ਕੀ ਕਰਨਾ, ਮੈਨਿਊ 'ਚ ਵਨ ਡਿਸ਼ ਕੀ ਹਿਸਾਬ ਆ ਤੁਹਾਡਾ, ਵਨ ਡਿਸ਼ ਭਾਅ ਜੀ ਜਿਹੜਾ ਸਾਡਾ ਹੈਗਾ ਨਾ, ਉਹ ਮਟਨ ਦੇ ਨਾਲ ਭਾਅ ਜੀ 2,000 ਰੁਪਏ ਪਰ ਹੈਡ, ਬੀਫ ਦੇ ਨਾਲ ਭਾਅ ਜੀ ਹੈਗਾ 1,700 ਰੁਪਏ ਪਰ ਹੈਡ, ਅਤੇ ਚਿਕਨ ਦੇ ਨਾਲ ਹੋਏਗਾ ਭਾਅ ਜੀ 1,200 ਰੁਪਏ ਪਰ ਹੈਡ, ਤੋ ਰਹਿਤ ਹੋ ਜਾਏਗੀ ਇਹ 'ਚ, ਰਹਿਤ ਫਿਰ ਤੁਹਾਡਾ ਹੁਣ ਇਹੀ ਹੈ, ਕੋਈ 10-20 ਦਾ ਫਰਕ ਹੁੰਦਾ, ਕੱਲ੍ਹ ਲਾ ਕੇ ਭਾਅ ਜੀ ਕੋਈ, ਅਤੇ ਟਾਈਮ ਸਾਡਾ ਹੈਗਾ ਵਾ ਸ਼ਾਮ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ। ਡੇਟ ਕਿਹੜੀ ਦੱਸੀ ਤੁਸੀਂ, ਹੈਂ ਡੇਟ ਕਿਹੜੀ, 17 ਬਾਰਾਂ ਵਜੇ ਭਾਅ ਜੀ 10 ਵਜੇ ਦਾ ਟਾਈਮ ਭਾਅ ਜੀ, ਵਿਹਲਾ ਹੀ ਹੋਣਾ ਵਾ, ਐਵੇਂ ਟਾਈਮ ਨਾਲ ਆਇਆ ਕਰੋ, ਐਵੇਂ ਐਕਟਿੰਗ ਨਾ ਕਰਕੇ ਦਿਖਾਓ, ਐਂ ਠੀਕ ਆ ਹੋ ਜਾਏਗਾ, ਅੱਲਾ ਕਰਕੇ ਹੋਣਾ ਸੀਗਾ, ਮੈਨੂੰ ਪਤਾ ਸੀਗਾ, ਨਹੀਂ ਨਹੀਂ ਐਕਟਿੰਗ ਕਰਦੀ ਭਾਅ ਜੀ, ਕੁਛ ਐਵੇਂ ਫਾਰਮੈਲਿਟੀ ਹੁੰਦੀ, ਉਹ 17 ਨੂੰ ਤਾਂ ਬੜਾ ਕੰਮ ਆ ਭਾਅ ਜੀ, ਨੂੰ ਉਤਰਾ ਹਾਲ ਬੁੱਕ ਆ ਹੱਥ ਜਾਣੀ ਆ, ਹੋ ਜਾਏਗਾ ਭਾਅ ਜੀ, ਉਤਲਾ ਵੀ ਨਹੀਂ ਬੁੱਕ, ਮੈਨੂੰ ਪਤਾ ਸਾਰਾ, ਮੈਂ ਦੇਖੀ ਆ। ਅੱਛਾ ਭਾਅ ਜੀ ਠੀਕ ਆ, ਹੋ ਜਾਏਗਾ ਕੋਈ ਨਹੀਂ ਭਾਅ ਜੀ, ਥੋੜ੍ਹੇ ਜਿਹਾ ਅੱਛਾ ਭਾਅ ਜੀ, ਸਾਡੇ ਮਹਿਮਾਨ ਥੋੜ੍ਹੇ ਜਿਹੇ ਲੇਟ ਵੀ ਹੋ ਸਕਦੇ ਆ, 12 ਵਜੇ ਤੱਕ ਦਾ ਟਾਈਮ ਚਾਹੀਦਾ, ਹੋ ਜਾਏਗਾ ਹੋ ਜਾਏਗਾ, ਕਿੱਦਾਂ ਹੋ ਜੂ 12 ਵਜੇ ਤੱਕ ਭਾਅ ਜੀ? ਨਹੀਂ ਨਹੀਂ 12 ਵਜੇ ਤੱਕ, ਰਾਤ ਰਾਤ 12 ਵਜੇ ਤੱਕ ਪ੍ਰੋਗਰਾਮ ਆਮ ਚੱਲ ਜਾਂਦਾ, ਸਰਕਾਰੀ ਟਾਈਮ ਜਿਹੜਾ ਨਾ ਗੌਰਮੈਂਟ ਟਾਈਮ, ਉਹ 10 ਵਜੇ ਤੱਕ ਆ ਸਾਡਾ, ਅਸੀਂ ਐਂਡ 10 ਵਜੇ ਤੱਕ ਜਿਹੜੇ ਤੁਹਾਡੇ ਪਰਾਉਣੇ ਬਾਹਰ ਕੱਢਦੇ ਨੇ। ਕਿਉਂ ਬਾਹਰ ਕੱਢਦੇ ਨੇ ਤੁਸੀਂ, ਪੈਸੇ ਨਹੀਂ ਦੇਣੇ? ਇੱਦਾਂ ਕਰਾਂਗੇ ਉਹਨਾਂ ਵਾਸਤੇ, ਮੈਂ ਬਿਸਤਰੇ ਲਵਾ ਲਾਂਗਾ, ਮੰਜੀਆਂ ਮੰਗਵਾ ਲਵਾਂ, ਰਾਤ ਕਿਆਮ ਕਰਾ ਲਾਂਗਾ ਉਹਨਾਂ ਵਾਸਤੇ। ਭਾਅ ਜੀ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, 10 ਵਜੇ ਤੱਕ ਤਾਂ ਸਾਡਾ ਲਾਸਟ ਟਾਈਮ ਆ, ਸਾਨੂੰ ਫਿਰ ਪਾਬੰਦੀ ਹੋ ਜੇ, ਸਾਡਾ ਹਾਲ ਬੰਦ ਕਰ ਦਿੰਦੇ ਉਹ, ਜੁਰਮਾਨਾ ਪੈਦਾ। ਉਹ ਤੁਹਾਡੀ ਟੈਨਸ਼ਨ ਨਾ, ਮੇਰੀ ਟੈਨਸ਼ਨ ਨਹੀਂ ਹੈਗੀ ਭਾਈ ਨੂੰ, ਮੈਂ ਦੱਸਦਾ ਵਾ ਕਿ 12 ਵਜੇ ਤੱਕ ਤਾਂ ਓਕੇ ਹੋ ਗਿਆ ਵਾ, ਉਹ ਤੁਸੀਂ ਜਾਣੋ। ਨਹੀਂ 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 12 ਵਜੇ ਤੱਕ ਤਾਂ ਕਿਹਨੇ ਓਕੇ ਕੀਤਾ, ਅਸੀਂ ਹੁਣ ਕਿਤੇ ਪਿੱਛੋਂ ਚੜਾਈ ਜਾਣੇ ਆ ਵੀ ਆਹ ਬੰਦ ਕਰ ਦਈਏ, ਉਹ ਹੁਣ ਮੈਂ ਕਿਤੇ ਘਰ ਛੱਤ 'ਤੇ ਪਰਾਉਣੇ ਯਾਰ ਤੁਹਾਡੇ, ਗਲੀ 'ਚ ਮਿਲੀਆਂ ਕੱਢ ਦਵਾਂ ਉਹਨਾਂ ਨੂੰ। ਭਾਅ ਜੀ ਨਹੀਂ 12 ਵਜੇ ਤੱਕ, ਭਾਅ ਜੀ ਅੱਜ ਤੱਕ 12 ਵਜੇ ਤੱਕ ਕੋਈ ਨਹੀਂ, ਅੱਜ ਕੱਲ੍ਹ ਦੌਰ ਇੱਦਾਂ ਫਾਸਟ ਦੌਰ, ਅਗਲੇ
ਅਗਲੇ 8 ਵਜੇ ਘਰੋਂ ਚਲ ਜਾਂਦੇ ਭਾਅ ਜੀ, ਹੁਣ ਤਾਂ ਟਾਈਮ ਦੀ ਟਾਈਮ ਹੁੰਦਾ, ਟਾਈਮ ਦੀ ਟਾਈਮ ਚਲ ਜਾਂਦੇ ਭਾਅ ਜੀ। ਕਾਨੂੰਨ ਨਹੀਂ ਹੈ, ਕਾਨੂੰਨ ਨੇ ਤੁਹਾਡੇ ਥੱਪੜ ਮਾਰ ਦੇਣੇ ਘਰ ਆ ਕੇ, ਲਾੜਾ ਕੁੱਟਿਆ ਜਾਏਗਾ, ਫਾਇਦਾ ਅਗਲੇ ਚੁੱਕ ਲੈਣਗੇ, ਜਾ ਕੇ ਪਲਾਟ ਛੱਡ ਦੇਣਗੇ, ਲਾੜਾ ਇੰਜ ਹੋਏਗਾ, ਨਾਲਾ ਇੰਜ ਪਿੱਛੇ ਬੰਨਣਗੇ, ਕਾਲੇ 'ਚ ਤੁਹਾਡਾ ਲਾੜਾ ਲੱਭਣਾ ਫਾਇਦਾ। ਉਹ ਤੁਹਾਡੀ ਟੈਨਸ਼ਨ ਹੈ ਭਾਈ, ਸਾਡੀ ਟੈਨਸ਼ਨ ਨਹੀਂ। ਨਹੀਂ ਲਾੜਾ ਤੁਹਾਡਾ ਵਾ, ਟੈਨਸ਼ਨ ਸਾਡੀ ਆ, ਲੇਕਿਨ ਨਹੀਂ ਭਾਈ 10 ਵਜੇ ਤੱਕ ਹੋਣਾ, ਇਸ ਤੋਂ ਅੱਗੇ ਨਹੀਂ ਹੋ ਸਕਦਾ। 10 ਵਜੇ ਤੱਕ ਯਾਰ ਕਿਹੜਾ ਟਾਈਮ, 2 ਘੰਟੇ ਦਾ ਪਤਾ ਵੀ ਨਹੀਂ ਲੱਗਦਾ, 6-4-10 ਫਿਕਰ ਵੀ ਚੇਂਜ ਕਰਾਓ ਨਾਲੇ। ਕਿਉਂ ਦੁਲਹਨ ਨੇ ਟੁੱਕਰ ਟੁੱਕਰ ਕਰਨਾ, ਟੁੱਕਰ ਟੁੱਕਰ ਭਾਅ ਜੀ। 10 ਵਜੇ ਤੱਕ ਤੁਹਾਡਾ ਫਾਈਨਲ ਟਾਈਮ ਹੋਏਗਾ, ਉਸ ਤੋਂ ਬਾਅਦ ਅਸੀਂ ਬੰਦੇ ਬਾਹਰ ਕੱਢ ਦੇਣੇ। 10 ਵਜੇ ਤੱਕ ਨਹੀਂ ਭਾਈ, 12 ਵਜੇ ਤੱਕ ਨਹੀਂ ਭਾਅ ਜੀ, ਚਲੋ 11 ਕਰ। ਨਹੀਂ ਨਹੀਂ 11, ਇੱਕ ਘੰਟੇ ਦੇ ਪੈਸੇ ਭਾਅ ਜੀ। ਨਹੀਂ ਨਹੀਂ ਪੈਸੇ ਅਸੀਂ ਦੇਖੀ ਦੇ, ਸਾਨੂੰ ਪੈਸਿਆਂ ਦਾ ਕੋਈ ਗਰਦ ਨਹੀਂ ਆਇਆ ਭਾਅ ਜੀ। ਅਗਲੇ ਸੀਲ ਲਾ ਕੇ ਠੱਪਾ ਲਾ ਕੇ ਬੰਦ ਕਰਕੇ ਉਹ ਜਾਂਦੇ ਆ, ਹੁਣ ਕੋਈ ਖਲਾਉਣਾ ਪਤਾ ਕਿੱਡਾ ਔਖਾ ਵਾ। ਮੇਰਾ ਤਲਕ ਹੈਗਾ ਵਾ, ਮੈਂ ਕਰ। ਨਹੀਂ ਭਾਅ ਜੀ, ਤੁਹਾਡਾ ਤਲਕ ਹੈਗਾ ਨਾ, ਤੁਸੀਂ ਫਿਰ ਕਦੇ ਗਲੀ 'ਚ ਭੋਪਾ ਲਾ ਲਓ, ਗਲੀ ਰਾਤ ਕਿਵੇਂ ਤੱਕ ਲੱਗੇ ਰਹੋ, ਇੱਦਾਂ ਨਹੀਂ ਹੁੰਦਾ ਭਾਅ ਜੀ। ਗੱਲ ਤਾਂ ਤੇਰੀ ਸਹੀ ਹੈ, ਕੀ ਕਿਹਾ ਤੂੰ, ਗਰਾਊਂਡ 'ਚ ਘੋਪਾ ਲਾ ਲਈਏ ਤੇ ਨਹੀਂ। ਹੈਂ ਉਹ ਮੈਂ ਤਾਂ ਇਹੀ ਵੈਸੇ ਕਹਿਣ ਡਿਆ ਸੀ, ਬਾਰਿਸ਼ਾਂ ਬੁਰਸ਼ਾਂ ਹੁਣ ਨਹੀਂ ਗੱਲ ਕਰੋ, ਉੱਥੇ ਤੇ ਨਾ ਟਾਈਮ ਦੀ ਪਾਬੰਦੀ ਹੋਣੀ ਹੈ, ਸਪੀਕਰ ਵੀ ਅਸੀਂ ਆਪਣੀ ਸਖਤੀ ਹੈ, ਸੈਟਿੰਗ ਵੀ ਆਪਣੀ ਮਰਜ਼ੀ ਦੀ ਲਵਾ ਲਾਂਗੇ। ਉਹ ਮਲੇਦਾਰ ਤੰਗ ਹੋਣਗੇ, ਬਾਰਿਸ਼ਾਂ ਬੁਰਸ਼ਾਂ ਹੋਣੇ, ਤੰਬੂ ਗਿੱਲਾ ਹੋ ਗਿਆ, ਪਰੌਣੇ ਤੁਹਾਡੇ ਤੁਹਾਨੂੰ ਫਿਸਲਦੇ ਫਿਰਨਗੇ, ਫਾਇਦਾ ਭਾਈ ਵਾਲੇ ਮਲੇ ਨੇ ਸ਼ਿਕਾਇਤ ਕਰਨਗੇ, ਸਪੀਕਰ ਵੀ ਚੱਕ ਲੈਣਦੇ ਅਗਲੇ। ਤੇਰੀ ਗੱਲ ਸਮਝ ਆ ਰਹੀ ਹੈ ਮੇਰੀ, ਉੱਥੇ ਨਾ ਪਾਬੰਦੀ, ਉੱਥੇ ਤਾਂ ਕੋਈ 10 ਵਜੇ ਦੀ ਹੈਗੀ ਆ ਭਾਅ ਜੀ, ਮਲੇ ਵਾਲੇ ਕਲੇਮ ਕਰ ਦਿੰਦੇ, ਸ਼ਿਕਾਇਤ ਕਰ ਦਿੰਦੇ ਫੋਨ ਕਰਕੇ। ਇਹ ਹਾਲ ਕਦ ਨਹੀਂ ਬਣੇ, ਸ਼ਾਦੀ ਹਾਲ, ਸ਼ਾਦੀਆਂ ਵਾਸਤੇ ਬਣੇ, ਗਲੀ 'ਚ ਫੌਜ ਵੀ ਰੱਖ ਲੈਣਾ, ਮਰਨਾ ਨਹੀਂ ਕਿਸੇ ਨੇ। ਸਾਡੇ ਜ਼ਿਹਨ 'ਚ ਨਹੀਂ ਆਇਆ ਕਿ ਗਰਾਊਂਡ 'ਚ ਵੀ ਹੋ ਜਾਂਦਾ ਵਾ, ਯੂਕੇ ਵਾਲੇ ਬੰਦੇ ਗਰਾਊਂਡ 'ਚ ਫੰਕਸ਼ਨ ਕਰਦੇ ਆ, ਹਿੱਲਿਆ ਲੱਗਦਾ ਭਾਈ ਮੈਨੂੰ। ਭਾਅ ਜੀ ਟਾਈਮ ਅਸੀਂ ਯੂਕੇ ਦੇ ਆ ਨਾ, ਬਾਕੀ ਫੈਮਿਲੀ ਤਾਂ ਨਹੀਂ ਨਾ ਤੁਹਾਡੀ, ਸਾਰਾ ਖਾਣ ਦਾ ਦੱਸਣਾ ਗਰਾਊਂਡ। ਚਲੋ ਐਦਾਂ ਕਰ ਫਿਰ, ਕੁਰਸੀਆਂ ਦਾ ਰੰਗ ਨਹੀਂ ਲੱਭਣੇ ਤੈਨੂੰ, ਆ ਤਸਵੀਰਾਂ ਨਹੀਂ ਲੱਭਣੀਆਂ। ਨਹੀਂ ਨਹੀਂ, ਆ ਘੰਟਾ ਹੋ ਗਿਆ ਤੈਨੂੰ ਸਮਝਾਉਣ ਡਿਆ, ਤੈਨੂੰ ਸਮਝ ਨਹੀਂ ਆਉਣ ਡਈ, ਆ ਮਾੜੀ ਜੀ ਗੱਲ ਮੇਰੇ ਮੂੰਹੋਂ ਨਿਕਲੀ ਆ, ਤੂੰ ਮਗਰ ਤੁਰ ਪਿਆ, ਗੱਲ ਫੜ ਵੀ ਲਈ ਤੇਰੇ ਖਾਣੇ 'ਚ ਪੈ ਗਈ ਗੱਲ, ਗੱਲ ਮੈਨੂੰ ਲੜ ਗਈ ਆ ਤੇਰੀ ਯਾਰ ਤੇਰੀ। ਉਹ ਯਾਰ ਜਿਹੜਾ 1.5 ਘੰਟਾ ਮੈਂ ਭੋਗਦਾ ਰਿਹਾ, ਉਹਨੂੰ ਤੇਰੇ ਕੋਈ ਵੀ ਗੱਲ ਲੜੀ, ਗਰਾਊਂਡ 'ਚ ਕਰਾਂਗੇ ਯਾਰ, ਮਜ਼ਾ ਆਏਗਾ ਗਰਾਊਂਡ 'ਚ। ਆ ਜਾ, ਮੈਂ ਵੀ ਗਰਾਊਂਡ 'ਚ ਚੱਲਦਾ ਤੁਹਾਡੇ। ਠੀਕ ਹੈ ਭਾਈ, ਸਾਰਾ ਕੁਝ ਚੁੱਕੋ, ਨਹੀਂ ਭਾਈ ਬੱਚਾ ਆ ਕੇ ਸੈਟਿੰਗ ਕਰ ਦੇ, ਕਰ ਜੇਗਾ ਕਰ ਜੇਗਾ। ਆਓ, ਅੱਲਾ ਖੈਰ ਕੀਤੀ, ਆ ਜਾਓ ਆ ਜਾਓ, ਜ਼ਿੰਦਗੀ ਹੋਵੇ ਤੁਹਾਡੀ, ਆ ਜਾਓ ਆ ਜਾਓ। ਇਹਨੂੰ ਰੇਟ ਰੂਟ ਦਾ ਪੁੱਛ ਲਓ, ਦੱਸ ਦਿਓ। ਚਲੋ ਚਲੋ, ਰੇਟ ਰੂਟ ਚਲੋ।